ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦੋਸਤੋ, ਸਾਡੀ ਇਹ ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ, ਅਸੀਂ ਬਹੁਤ ਘੱਟ ਜ਼ਿੰਦਗੀ ਦੇ ਵਿੱਚ ਲਾਈਵ ਵੀਡੀਓ ਕੀਤੀਆਂ ਨੇ, ਬਹੁਤ ਘੱਟ, ਮੈਨੂੰ ਲੱਗਦਾ 6-6 ਮਹੀਨੇ ਅਸੀਂ ਲਾਈਵ ਵੀਡੀਓ ਨਹੀਂ ਕਰਦੇ। ਇਸ ਕਰਕੇ ਸਾਡੀ ਆਪ ਜੀ ਦੇ ਚਰਨਾਂ 'ਚ ਬੇਨਤੀ ਆ, ਤੁਸੀਂ ਇਸ ਘਰ ਨੂੰ ਦੇਖ ਰਹੇ ਹੋ, ਇਹ ਇੱਕ ਬਹੁਤ ਹੀ ਗਰੀਬ ਘਰ ਦਾ, ਜਿਹੜਾ ਬਹੁਤ ਹੀ ਗਰੀਬ ਪਰਿਵਾਰ ਦਾ ਇਹ ਘਰ ਹੈ ਜੀ, ਜਿਹੜਾ ਢਹਿ ਚੁੱਕਿਆ। ਅਸੀਂ ਤੁਹਾਡੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਹਾਂ, ਪਹਿਲਾਂ ਆਪ ਜੀ ਇਸ ਦੁੱਖ ਨੂੰ ਮਹਿਸੂਸ ਕਰਿਓ, ਫਿਰ ਆਪਾਂ ਅੱਗੇ ਆਪਣੀ ਗੱਲ ਨੂੰ ਸਾਂਝਾ ਕਰਾਂਗੇ। ਇਹ ਗਰੀਬ ਪਰਿਵਾਰ ਨੂੰ ਲੋੜ ਇੰਨੀ ਜ਼ਿਆਦਾ, ਘਰ ਦੇ ਵਿੱਚ 5 ਧੀਆਂ ਨੇ ਔਰ ਬਾਪ ਵੀ ਬਿਮਾਰ ਰਹਿੰਦਾ ਔਰ ਮਾਂ ਸਕੂਲ ਦੇ ਵਿੱਚ 3000 ਰੁਪਏ 'ਤੇ ਲੱਗ ਕੇ ਆਪਣਾ ਗੁਜ਼ਾਰਾ ਕਰਦੀ ਆ। ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤਾਂ ਨੂੰ, ਇਸ ਘਰ, ਇਸ ਪਰਿਵਾਰ ਕੋਲ 7 ਜੀਆਂ ਕੋਲ ਇੱਕੋ ਕਮਰਾ ਜਿਹੜਾ ਕਿ ਢਹਿ ਚੁੱਕਿਆ, ਔਰ ਤੁਸੀਂ ਸੋਚੋ ਜਦੋਂ ਮੀਂਹ ਆਉਂਦਾ ਤਾਂ ਇਸ ਘਰ ਦੇ ਕੀ ਹਾਲਾਤ ਹੁੰਦੇ ਹੋਣਗੇ ਔਰ ਕਿੱਦਾਂ ਇਹ ਆਪਣਾ ਜਿਹੜਾ ਗੁਜ਼ਾਰਾ ਇਸ ਪਰਿਵਾਰ ਨੇ ਕੀਤਾ। ਇਹ ਭੈਣ ਆ ਸਾਡੀ, ਇਹ ਭੈਣ ਸਕੂਲ ਦੇ ਵਿੱਚ ਲੱਗੇ ਨੇ ਔਰ ਇਸ ਭੈਣ ਦੇ ਕੋਲ 5 ਧੀਆਂ ਨੇ ਜੀ, 5 ਧੀਆਂ ਇਸ ਟਾਈਮ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀਆਂ ਨੇ ਔਰ ਇੱਕ ਨੇ +2 ਪਾਸ ਕੀਤੀ ਆ ਔਰ ਬਾਕੀ ਬੱਚੀਆਂ ਨਾਲ ਪੜ੍ਹਾਈ ਕਰ ਰਹੀਆਂ ਨੇ। ਔਰ ਇਹ ਇਹਨਾਂ ਦੇ ਪਿਤਾ ਜੀ ਨੇ ਜੀ, ਜਿਹੜਾ ਕਿ ਬਿਮਾਰੀ ਨਾਲ ਪੀੜਿਤ ਨੇ। ਦੱਸਿਆ ਭੈਣ ਉਹਨਾਂ ਨੇ ਵੀ ਕੁਛ ਸ਼ਿਕਾਇਤ ਤਾਂ ਹੈਗੀ ਆ ਪਰਿਵਾਰਕ ਸਰੀਰ ਦੇ ਵਿੱਚ, ਜਿਹੜੀ ਜਿਹਦਾ ਇਲਾਜ ਚੱਲ ਰਿਹਾ, ਮਤਲਬ ਡਾਕਟਰ ਵੀ ਦੇਖੋ ਗਰੀਬ ਪਰਿਵਾਰ ਦੇ। ਅਸੀਂ ਪਹਿਲਾਂ ਵੀ ਦੱਸਿਆ ਵੀ ਗਰੀਬ ਪਰਿਵਾਰ ਆਪਣਾ ਪ੍ਰੋਪਰ ਇਲਾਜ ਵੀ ਨਹੀਂ ਕਰਾ ਪਾਉਂਦਾ, ਕਿਉਂਕਿ ਗਰੀਬ ਪਰਿਵਾਰ ਨੂੰ ਜਿਹੜਾ ਫਿਕਰ ਹੁੰਦਾ ਆਪਣਾ ਜਿਹੜਾ ਰਾਸ਼ਨ ਪਾਣੀ ਦਾ। ਅਸੀਂ ਮਾਫ਼ੀ ਮੰਗਦੇ ਹਾਂ ਵੀ ਸਾਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ, ਉਹਦੇ ਕਾਰਨ ਨੇ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਇਸ ਗਰੀਬ ਪਰਿਵਾਰ ਦਾ ਜਿਹੜਾ ਘਰ ਆ ਉਹ ਬਣ ਕੇ ਤਿਆਰ ਹੋਵੇ ਤਾਂ ਜੋ ਇਹ ਜਿਹੜਾ ਇਹਨਾਂ ਦਾ ਜੀਵਨ ਆ ਉਹ ਚੰਗਾ ਲੰਘ ਸਕੇ। ਮਤਲਬ ਅਸੀਂ ਇੱਦਾਂ ਦੀਆਂ ਵੀਡੀਓ ਕਦੇ ਵੀ ਲਾਈਫ ਦੇ ਵਿੱਚ ਨਹੀਂ ਬਣਾਈਆਂ, ਪਰ ਅੱਜ ਸਾਡੀ ਮਜਬੂਰੀ ਹੈ, ਅਸੀਂ ਉਹਨਾਂ ਚੰਗੀਆਂ ਰੂਹਾਂ ਤੱਕ ਵੀਡੀਓ ਪਹੁੰਚਾਉਣਾ ਚਾਹੁੰਦੇ ਹਾਂ ਜਿਹੜੇ ਮਦਦ ਕਰਨਾ ਚਾਹੁੰਦੇ ਹੁੰਦੇ ਨੇ। ਦੇਖੋ ਇਸ ਘਰ ਦੇ ਲਈ ਕਿਸੇ ਮਾਇਆ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ, ਸਿਰਫ ਓਨਲੀ ਓਨ ਬਿਲਡਿੰਗ ਮਟੀਰੀਅਲ ਦੀ ਲੋੜ ਆ ਤਾਂ ਜੋ ਇਸ ਗਰੀਬ ਪਰਿਵਾਰ ਦਾ ਜਿਹੜਾ ਘਰ ਉਹ ਬਣ ਕੇ ਤਿਆਰ ਹੋ ਸਕੇ। ਤੁਸੀਂ ਦੇਖੋ ਥੱਲੇ ਜਿਹੜਾ ਮੀਂਹ ਦਾ ਪਾਣੀ ਆ ਉਹ ਇੱਥੇ ਦੀ ਉਹ ਨਿਕਲ ਕੇ ਸਾਰਾ ਜਿਹੜਾ ਗਲੀ ਦੇ ਵਿੱਚ ਜਾਂਦਾ। ਪਹਿਲਾਂ ਇਹ ਪੇਟੀਆਂ ਕਿਸੇ ਗਵਾਂਢੀਆਂ ਦੇ ਘਰ ਰੱਖੀਆਂ ਹੋਈਆਂ ਸੀਗੀਆਂ ਜੀ, ਪਰ ਗਵਾਂਢੀਆਂ ਦੇ ਘਰ ਵੀ ਛੋਟੇ ਛੋਟੇ ਨੇ, ਉਹਨਾਂ ਦੀਆਂ ਵੀ ਮਜਬੂਰੀਆਂ, ਤਾਂ ਕਰਕੇ ਉਹਨਾਂ ਨੇ ਜਿੰਨਾ ਸਮਾਂ ਇਹਨਾਂ ਦੀ ਮਦਦ ਕਰ ਸਕੇ ਉਹਨਾਂ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਵੀ ਜਿਹੜਾ ਵੀਰਾਂ ਨੇ, ਕਿਉਂਕਿ ਉਹਨਾਂ ਨੂੰ ਵੀ ਆਪਣੇ ਘਰ ਦੀ ਲੋੜ ਸੀਗੀ ਜੀ। ਔਰ ਅੱਗੇ ਜੀ ਅਸੀਂ ਸੰਗਤਾਂ ਨੂੰ ਸਾਰੀ ਗੱਲ ਜਿਹੜੀ ਵੀਡੀਓ ਦੇ ਰਾਹੀਂ ਸਾਂਝੀ ਕੀਤੀ ਆ, ਔਰ ਸਾਡੇ ਨਾਲ ਇੱਧਰ ਵੀਰ ਨੇ, ਇਹ ਵੀਰ ਭਾਸੋਂ ਦੇ ਨੇੜੇ ਹੱਲੋਤਾਲੀ ਤੋਂ ਨੇ ਔਰ ਇਹ ਵੀਰ ਜਿਹੜਾ ਇੱਕ ਸੇਵਾ ਕਰਦੇ ਨੇ ਜੀ, ਇਹ ਵੀ ਇੱਕ ਫਾਊਂਡੇਸ਼ਨ ਚਲਾਉਂਦੇ ਨੇ। ਵੀਰੇ ਆਪਣੀ ਕੀ ਆ ਸੰਸਥਾ ਦੇ ਨਾਮ? ਖਾਲਸਾ ਸਮਾਜ ਸੇਵਾ ਸੋਸਾਇਟੀ। ਖਾਲਸਾ ਸਮਾਜ ਸੇਵਾ ਸੋਸਾਇਟੀ ਆ ਜੀ ਵੀਰ, ਉਹਨਾਂ ਦਾ ਕੰਮ ਆ ਰਾਸ਼ਨ ਜਿਹੜਾ ਲੋੜਵੰਦਾਂ ਤੱਕ ਪਹੁੰਚਾਉਣਾ, ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਖੋਜ ਕਰਕੇ ਉਹਨਾਂ ਤੱਕ ਰਾਸ਼ਨ ਦੀ ਸੇਵਾ ਕਰਨੀ। ਹੁਣ ਇਹਨਾਂ ਦੇ ਕਰਕੇ ਵੀਰ, ਉਹਨਾਂ ਦੇ ਕਰਕੇ ਸਾਨੂੰ ਇਸ ਪਰਿਵਾਰ ਦੇ ਬਾਰੇ ਪਤਾ ਲੱਗਿਆ, ਅਤੇ ਇਸ ਟਾਈਮ ਅਸੀਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿਹੜਾ ਲੌਟ ਪਿੰਡ ਦੇ ਵਿੱਚ ਖੜ੍ਹੇ ਹਾਂ ਜੀ, ਜੋ ਕਿ ਆਪਣੀ ਸੰਸਥਾ ਤੋਂ 10 ਕੁ ਕਿਲੋਮੀਟਰ ਦੀ ਦੂਰੀ 'ਤੇ ਆ। ਅਤੇ ਇਸ ਗਰੀਬ ਪਰਿਵਾਰ ਦੀ ਮੰਗ ਆ ਵੀ ਸਾਡਾ ਜਿਹੜਾ ਇਹ ਕਮਰਾ, ਤਾਂ ਜੋ ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ, ਸਾਡੇ ਪਿੱਛੇ ਇੱਕ ਛੋਟਾ ਜਿਹਾ ਕਮਰਾ ਤੁਸੀਂ ਦੇਖ ਰਹੇ ਹੋ, ਇਸ ਕਮਰੇ ਦੇ ਵਿੱਚ 5 ਧੀਆਂ ਅਤੇ ਮਾਂ ਬਾਪ 7 ਮੈਂਬਰ ਇੱਕ ਕਮਰੇ ਦੇ ਵਿੱਚ ਆਪਣਾ ਜਿਹੜਾ ਗੁਜ਼ਾਰਾ ਕਰ ਰਹੇ ਨੇ। ਤੁਸੀਂ ਇਹ ਸੋਚ ਕੇ ਦੇਖੋ ਵੀ 5 ਧੀਆਂ ਔਰ ਇੱਕ ਮਾਂ ਬਾਪ ਇੱਕ ਕਮਰੇ ਦੇ ਵਿੱਚ ਕਿੱਦਾਂ ਦਾ ਉਹ ਸਮਾਂ ਹੋਊਗਾ। ਜਦੋਂ ਮੀਂਹ ਆਉਂਦਾ ਤਾਂ ਇਹਨਾਂ ਕੋਲ ਪ੍ਰਸ਼ਾਦਾ ਤਿਆਰ ਕਰਨ ਲਈ ਵੀ ਕੋਈ ਜਗ੍ਹਾ ਨਹੀਂ ਹੈਗੀ। ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ ਕੰਧ ਦੇ ਉੱਪਰ ਜਿਹੜਾ ਬਰਤਨ ਲੱਗੇ ਹੋਏ ਨੇ, ਇੱਥੇ ਇਹ ਪ੍ਰਸ਼ਾਦਾ ਤਿਆਰ ਕਰਦੇ ਨੇ। ਆਹ ਸਾਡੇ ਇੱਧਰ ਨਾਲ ਬਿਲਕੁਲ ਜਿਹੜਾ ਸਿਲੰਡਰ ਤੇ ਆ ਪਿਆ। ਔਰ ਅਸੀਂ ਸੰਗਤਾਂ ਅੱਗੇ ਬੇਨਤੀ ਕਰਾਂਗੇ, ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ, ਜਿਹੜੀਆਂ ਚੰਗੀਆਂ ਰੂਹਾਂ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ, ਤਾਂ ਜੋ ਇਸ ਗਰੀਬ ਪਰਿਵਾਰ ਦੀ ਜਿਹੜੇ ਆਪਾਂ ਲੈਂਟਰ ਪਾ ਕੇ ਇਹਨੂੰ ਘਰ ਨੂੰ ਤਿਆਰ ਕਰ ਸਕੀਏ, ਤਾਂ ਜੋ ਸਾਡੀਆਂ 5 ਧੀਆਂ ਨੇ ਇਹਨਾਂ ਨੂੰ ਰੁਲਣਾ ਨਾ ਪਵੇ। ਕਿਉਂਕਿ ਇਹ ਤਾਂ 5 ਧੀਆਂ ਨੂੰ ਤਾਂ ਕਿਸੇ ਦੇ ਘਰੇ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਫਲਾਣੇ ਦੇ ਘਰੇ ਪਾ ਦਿੰਦੇ ਆ ਧੀਆਂ ਨੂੰ,
ਕਿਉਂਕਿ ਪਰਿਵਾਰ ਕੋਲੇ ਜਗ੍ਹਾ ਹੀ ਨਹੀਂ ਹੈਗੀ ਪੈਣ ਲਈ। ਇਸ ਕਰਕੇ ਤੁਹਾਡੇ ਚਰਨਾਂ 'ਚ ਅਸੀਂ ਬੇਨਤੀ ਕੀਤੀ ਆ ਵੀ ਤੁਸੀਂ ਰੇਤਾ, ਬਜਰੀ, ਸਮਿੰਟ, ਸਰੀਆ ਇੱਦਾਂ ਦੀ ਚੀਜ਼ ਦੀ ਸੇਵਾ ਜਿਹੜੇ ਵੀ ਵੀਰਾਂ ਨੇ ਕਰਨੀ ਆ ਤੁਸੀਂ ਕਰੋ ਤਾਂ ਜੋ ਇਸ ਗਰੀਬ ਪਰਿਵਾਰ ਦਾ ਘਰ ਬਣ ਕੇ ਤਿਆਰ ਹੋਵੇ। ਹੋਰ ਕਿਸੇ ਚੀਜ਼ਾਂ ਦੀ ਲੋੜ ਨਹੀਂ, ਫਿਲਹਾਲ ਬਿਲਡਿੰਗ ਮਟੀਰੀਅਲ ਤੁਹਾਡੇ ਚਰਨਾਂ 'ਚ ਬੇਨਤੀ ਆ। ਇੱਕ ਕਮਰਾ, ਇਹ ਇੱਕ ਕਮਰੇ ਦੇ ਵਿੱਚ ਕੰਧਾਂ ਨੇ ਔਰ ਥੱਲੇ ਫਰਸ਼ ਲੱਗਣਾ ਔਰ ਗੇਟ ਲੱਗਣਾ। ਚਲੋ ਗੇਟ ਆਪਣੇ ਕੋਲ ਹੈਗੇ ਨੇ, ਗੇਟ ਆਪਣੇ ਕੋਲ ਤਿਆਰ ਪਏ ਨੇ, ਆਪਾਂ ਉਹ ਗੇਟ ਇੱਥੇ ਲਾ ਦਾਂਗੇ। ਥੱਲੇ ਫਰਸ਼ ਪੈਣਾ ਔਰ ਇੱਕ ਲੈਂਟਰ ਪੈਣਾ, ਕੁਝ ਸਰੀਏ ਦੀ ਲੋੜ ਆ, ਉਹ ਅਸੀਂ ਡਿਟੇਲ ਦੇ ਵਿੱਚ ਜਿਹੜਾ ਮਿਸਤਰੀ ਨਾਲ ਗੱਲ ਕਰਕੇ ਆਪ ਜੀ ਨੂੰ ਵੀ ਸਾਂਝਾ ਕਰ ਦਾਂਗੇ। ਜਿਹੜੀਆਂ ਰੂਹਾਂ ਨੇ ਸੇਵਾ ਕਰਨੀ ਆ ਉਹ ਇਦਾਂ ਦੇ ਗਰੀਬ ਪਰਿਵਾਰਾਂ ਦੀ ਬਾਂਹ ਫੜੋ। ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਇਹ ਜਿਹੜੀ ਭੈਣ ਆ, ਇਹ ਭੈਣ ਇੱਕ ਸਰਕਾਰੀ ਸਕੂਲ ਦੇ ਵਿੱਚ ਨੌਕਰੀ ਕਰਦੇ ਨੇ। ਹੋਰ ਭੈਣੇ ਤੁਹਾਡੀ ਕਿੰਨੀ ਤਨਖਾਹ ਉੱਥੇ? ਠੀਕ, ਕਿਹੜੇ ਸਕੂਲ 'ਚ ਲੱਗੇ ਹੋ ਤੁਸੀਂ? ਆਪਣੇ ਉਰੇ ਪਿੰਡ 'ਚ ਜੀ, ਜਿੱਥੇ ਉਹ ਨਹਿਰ ਦੇ ਕੋਲੇ ਪਿੰਡ ਦੇ ਵਿੱਚ ਸਰਕਾਰੀ ਸਕੂਲ ਆ ਜੀ, ਜਿੱਥੇ ਧੀਆਂ ਪੜ੍ਹਦੀਆਂ ਨੇ, ਉੱਥੇ ਇਹ ਭੈਣ 3000 ਰੁਪਏ 'ਤੇ ਨੌਕਰੀ ਕਰਦੀ ਆ ਔਰ ਇੱਦਾਂ ਆਪਣਾ ਘਰ ਚਲਾਉਂਦੀ। ਔਰ ਇਹਨਾਂ ਦੇ ਹਸਬੈਂਡ ਨੇ ਜਿਹੜੇ ਉਹ ਵੀ ਦਿਹਾੜੀ ਕਰਕੇ ਹੀ ਆਪਣਾ ਜਿਹੜਾ ਪਰਿਵਾਰ ਦਾ ਆਪਣੀਆਂ ਧੀਆਂ ਪਾਲ ਰਹੇ ਨੇ ਜੀ। ਸਾਡੀ ਇਸ ਵੀਡੀਓ ਤੋਂ ਮੰਗੇ ਇਹੀ ਆ ਜੀ, ਅਸੀਂ ਚਾਹੁੰਦੇ ਹਾਂ ਵੀ ਇਸ ਘਰ ਦਾ ਜਿਹੜਾ 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 ਚੰਗਾ ਫਿਊਚਰ ਹੋ ਸਕੇ, ਕਿਉਂਕਿ ਧੀਆਂ ਨੂੰ ਚੰਗਾ ਜਿਹੜਾ ਆਪਣੀ ਜ਼ਿੰਦਗੀ ਜੀ ਸਕਣ। ਤੁਹਾਡੇ ਚਰਨਾਂ 'ਚ ਬੇਨਤੀ ਆ, ਸਾਡੇ ਤੋਂ ਤੁਸੀਂ ਇਸ ਪਰਿਵਾਰ ਦਾ ਐਡਰੈਸ ਲੈ ਕੇ ਸਿੱਧਾ ਉਰੇ ਮਟੀਰੀਅਲ ਪਹੁੰਚਾ ਸਕਦੇ ਹੋ। ਸਾਨੂੰ ਸਿਰਫ ਰੇਤਾ, ਬਜਰੀ, ਸਮਿੰਟ, ਸਰੀਆ ਇਹਨਾਂ ਚੀਜ਼ਾਂ ਦੀ ਲੋੜ ਹੈ। ਅਸੀਂ ਦੁਬਾਰਾ ਫਿਰ ਸੰਗਤਾਂ ਨੂੰ ਦਿਖਾ ਦਿੰਦੇ ਹਾਂ। ਹੁਣ ਜਿਹੜੀਆਂ ਰੂਹਾਂ ਦਸਵੰਧ ਦੇ ਵਿੱਚ ਸੇਵਾ ਨਹੀਂ ਕਰ ਸਕਦੀਆਂ ਉਹ ਇਸ ਲਾਈਵ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਉਹਨਾਂ ਰੂਹਾਂ ਤੱਕ ਇਹ ਵੀਡੀਓ ਪਹੁੰਚੇ ਜਿਹੜੇ ਵੀਰ ਇੱਦਾਂ ਦੇ ਗਰੀਬ ਪਰਿਵਾਰਾਂ ਦੀ ਬਾਂਹ ਫੜਨਾ ਚਾਹੁੰਦੇ ਨੇ ਜੀ। ਇਸ ਕਰਕੇ ਆਪ ਜੀ ਦੇਖ ਰਹੇ ਹੋ ਇਸ ਘਰ ਦੇ ਹਾਲਾਤ, ਪਿੰਡ ਲੋਟ ਹੈ ਜੀ, ਜ਼ਿਲ੍ਹਾ ਪਟਿਆਲਾ। ਸਾਡਾ ਵੀਡੀਓ ਦਾ ਮਕਸਦ ਇਹੀ ਆ, ਅਸੀਂ ਅੱਜ ਤੱਕ ਅਸੀਂ ਪਹਿਲਾਂ ਵੀ ਦੱਸਿਆ ਨਹੀਂ ਬਣਾ ਪਾਉਂਦੇ ਅਸੀਂ ਇੱਦਾਂ ਦੀਆਂ ਵੀਡੀਓ, ਕਿਉਂਕਿ ਸਾਡਾ ਕੰਮ ਹੈਗਾ ਜਿਹੜੇ ਮੈਂਟਲੀ ਪਰੇਸ਼ਾਨ ਜਿਹੜੇ ਵੀਰ ਨੇ ਉਹਨਾਂ ਨੂੰ ਠੀਕ ਕਰਨਾ। ਇਸ ਟਾਈਮ ਆਪਣੇ ਕੋਲ 900 ਮੈਂਬਰਾਂ ਦੇ ਇਲਾਜ ਚੱਲ ਰਹੇ ਨੇ ਜੀ, ਪਰ ਇਹ ਸਾਡੀ ਅੱਜ ਮਜਬੂਰੀ ਬਣ ਗਈ ਇਸ ਘਰ ਦੇ ਹਾਲਾਤ ਦੇਖ ਕੇ ਵੀ ਅਸੀਂ ਇਸ ਘਰ ਦੀ ਇੱਕ ਵੀਡੀਓ ਬਣਾ ਕੇ ਸੰਗਤਾਂ ਨੂੰ ਦੱਸੀਏ ਤਾਂ ਜੋ ਚੰਗੀਆਂ ਰੂਹਾਂ ਤੱਕ ਇਹ ਵੀਡੀਓ ਸ਼ੇਅਰ ਹੋ ਕੇ ਜਾਵੇ ਤਾਂ ਜੋ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਔਰ ਇਹਨਾਂ ਦਾ ਘਰ ਬਣ ਸਕੇ। ਆਪ ਜੀ ਮਹਿਸੂਸ ਕਰਿਓ ਆਪਾਂ ਧੀਆਂ ਪੁੱਤਾਂ ਵਾਲਿਆਂ ਵੀ ਕਿੱਦਾਂ ਇਸ ਪਰਿਵਾਰ ਦਾ ਜੀਵਨ, ਔਰ ਅਸੀਂ ਚੰਗੀ ਗੱਲ ਕਿਹ ਦੇਖੀ, ਹਰੇਕ ਦੇਵੀ ਦੇਵਤੇ ਦੀ ਪੂਜਾ ਕਰਨ ਵਾਲਾ ਪਰਿਵਾਰ ਆ, ਧਾਰਮਿਕ ਪਰਿਵਾਰ ਆ, ਅਸੀਂ ਹਰੇਕ ਤਰ੍ਹਾਂ ਦੀ ਤਸਵੀਰ ਇਸ ਘਰ ਦੇ ਵਿੱਚ ਦੇਖੀ ਔਰ ਆਹ ਹਾਲਾਤ ਨੇ। ਠੀਕ ਹੈ ਵੀਰੇ, ਤੁਸੀਂ ਕੁਛ ਦੱਸਣਾ ਬੋਲਣਾ ਚਾਹੁੰਦੇ ਤਾਂ ਤੁਸੀਂ ਬੋਲ ਸਕਦੇ ਹੋ। ਬਸ ਆਹੀ ਬੇਨਤੀ ਹੈ ਜੀ ਵੀ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਪਰਿਵਾਰ ਦਾ ਘਰ ਬਣ ਸਕੇ। ਜੀ ਬਿਲਕੁਲ ਵੀਰੇ, ਤੁਹਾਡੇ ਲਿੰਕ ਦੇ ਵਿੱਚ ਇਹ ਮਤਲਬ ਪਰਿਵਾਰ ਕਦੋਂ ਆਉਂਦਾ, ਕਿੰਨੇ ਸਮੇਂ ਤੋਂ ਤੁਹਾਨੂੰ ਜਾਣਦੇ ਨੇ? ਤਕਰੀਬਨ 2-3 ਸਾਲ ਹੋ ਗਏ ਜੀ। ਅੱਛਾ ਜੀ, ਤੁਹਾਨੂੰ ਪਤਾ ਕਿਉਂ ਲੱਗੇ ਤੋਂ ਅੱਗੇ ਪਤਾ ਲੱਗਿਆ ਸੀ ਪਰਿਵਾਰ ਬਾਰੇ? ਅੱਛਾ ਜੀ, ਪੂਰੇ ਲੋਟ ਦੇ ਵਿੱਚੋਂ ਹੀ। ਅੱਛਾ ਜੀ, ਵੀ ਲੋਟਬੰਦ ਪਰਿਵਾਰ ਆ। ਚਲੋ ਅਸੀਂ ਆ ਕੇ ਇਹਨਾਂ ਦੀ ਇਨਕੁਆਇਰੀ ਕਰੀ, ਉਸ ਤੋਂ ਅਗਲੇ ਮਹੀਨੇ ਅਸੀਂ ਇਹਨਾਂ ਦਾ ਰਸਮ ਸ਼ੁਰੂ ਕਰਿਆ, ਹਰੇਕ ਮਹੀਨੇ ਰਸਮ ਅਸੀਂ ਇਹਨਾਂ ਲਈ ਭੇਜ ਦਿੰਦੇ। ਠੀਕ ਹੈ ਵੀਰੇ, ਠੀਕ ਹੈ ਜੀ। ਜਿੰਨਾ ਕੁ ਆਪਾਂ ਨੂੰ ਸੋਸਾਇਟੀ, ਕਿੰਨਾ ਕੁ ਸਮਾਂ ਹੋ ਗਿਆ ਰਾਸ਼ਨ ਦਿੰਦੇ ਨੂੰ ਵੀਰੇ? ਤਕਰੀਬਨ 2-3 ਸਾਲ ਤਮਾਮ ਤਾਂ ਹੋਈ। ਅੱਛਾ ਜੀ, ਬਾਈ ਹੁਣੀ ਵੀ ਨਾਲ? ਵੀਰ ਨਾਲ। ਠੀਕ ਠੀਕ, ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਮੇਰਾ ਨਾਮ ਬਲਜਿੰਦਰ ਸਿੰਘ ਹੈ। ਬਲਜਿੰਦਰ ਸਿੰਘ ਜੀ ਨੇ ਜੀ, ਤੇ ਵੀਰ ਉਹਨਾਂ ਦਾ ਨਾਮ? ਸਤਵੀਰ ਸਿੰਘ। ਸਤਵੀਰ ਸਿੰਘ ਜੀ ਨੇ ਔਰ ਨਾਲ ਤੁਸੀਂ ਦੇਖ ਰਹੇ ਹੋ ਜੀ, ਔਰ ਤੁਸੀਂ ਘਰੇ ਬੈਠੇ ਇੱਕ ਸੇਵਾ ਕਰ ਸਕਦੇ ਹੋ ਤੁਸੀਂ ਇਸ ਲਾਈਵ ਵੀਡੀਓ ਨੂੰ। ਸਾਨੂੰ ਬਹੁਤ ਸੰਗਤਾਂ ਕਹਿੰਦੀਆਂ ਰਹਿੰਦੀਆਂ ਨੇ ਵੀ ਲਾਈਵ ਵੀਡੀਓ ਜ਼ਰੂਰ ਕਰਿਆ ਕਰੋ, ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ ਆਸ਼ਰਮ ਦੇ ਵਿੱਚੋਂ। ਪਰ ਅਸੀਂ ਸਾਲ ਦੇ ਵਿੱਚ 2 ਜਾਂ 3 ਵਾਰੀ ਲਾਈਵ ਕਰ ਪਾਉਂਦੇ ਹਾਂ ਮਸਾਂ, ਪਰ ਅੱਜ ਅਸੀਂ ਲਾਈਵ ਵੀਡੀਓ ਤਾਂ ਕੀਤੀ ਵੀ ਉਹਨਾਂ ਰੂਹਾਂ ਨੂੰ ਪਤਾ ਲੱਗ ਸਕੇ ਐਕਚੁਅਲ 'ਚ ਸਾਡੇ ਗਰੀਬ ਪਰਿਵਾਰਾਂ ਦੇ ਹਾਲਾਤ ਕੀ ਨੇ ਔਰ ਇਹ ਚਾਹੁੰਦੇ ਕੀ ਨੇ। ਪਰਿਵਾਰ ਦੀ ਅਸੀਂ ਗੱਲ ਦੱਸਣਾ ਚਾਹੁੰਦੇ ਹਾਂ। ਪਰਿਵਾਰ ਦੀ ਮੰਗ ਇਹ ਸੀ ਜੋ ਸਾਡੇ ਕੰਨਾਂ ਤੱਕ ਪੈਂਦੀ ਆ, ਕਹਿੰਦੇ ਵੀ ਸਾਡੀਆਂ ਟੀਨਾਂ ਹੀ ਪਾ ਦਿਓ ਉੱਪਰ, ਉਹੀ ਬਹੁਤ ਨੇ, ਅਸੀਂ ਮੀਂਹ ਤੋਂ ਬਚ ਜਾਵਾਂਗੇ। ਦੇਖੋ ਟੀਨਾਂ ਤਾਂ ਅੱਜ ਪਾ ਦਾਂਗੇ, ਚਲੋ ਫਿਰ ਉਹਨਾਂ ਵਾਲੇ ਸਮੇਂ 'ਚ ਫਿਰ ਲੋੜ ਪੈ ਜੂਗੀ। ਇਸ ਕਰਕੇ
ਤੁਸੀਂ ਮਦਦ ਕਰੋਗੇ ਤਾਂ ਲੈਂਟਰ ਪੈ ਜੂਗਾ ਜੀ, ਤੇ ਪਰਿਵਾਰ ਆਪਣਾ ਚੰਗਾ ਜੀਵਨ ਔਰ ਧੀਆਂ ਦਾ ਚੰਗਾ ਜਿਹੜਾ ਸਮਾਂ ਲੰਘ ਸਕੂਗਾ। ਕਿਸੇ ਦੇ ਘਰੇ ਨਹੀਂ ਪੈਣਾ ਪਊ, ਧੀਆਂ ਨੂੰ ਨਹੀਂ ਆਪਣਾ ਸਮਾਨ ਕਿਸੇ ਦੇ ਘਰੇ ਰੱਖਣਾ ਪਊਗਾ ਜੀ। ਧੰਨਵਾਦ ਜੀ, ਹੱਸਦੇ ਵੱਸਦੇ ਰਹੋ, ਪਰਮਾਤਮਾ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ। ਤੁਹਾਡੇ ਆਲੇ ਦੁਆਲੇ ਕੋਈ ਦਿਮਾਗੀ ਬਿਮਾਰ, ਕੋਈ ਬੀਬੀ ਬਜ਼ੁਰਗ ਬੱਚਾ ਹੋਵੇ ਜਿਹਨੂੰ ਮੈਂਟਲੀ ਜਿਹੜੀ ਪ੍ਰੋਬਲਮ ਆ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਤੁਹਾਨੂੰ ਲਚਕਾਣੀ ਪਿੰਡ ਆਪਣਾ ਫਰਜ਼ ਸੇਵਾ ਸੁਸਾਇਟੀ 'ਚ ਬੁਲਾਵਾਂਗੇ ਅਤੇ ਤੁਹਾਡਾ ਜਿਹੜਾ ਇਲਾਜ ਸ਼ੁਰੂ ਕਰਾਂਗੇ। ਇੱਦਾਂ ਹੀ ਇਸ ਟਾਈਮ ਸੰਗਤਾਂ ਦੇ ਸਾਥ ਨਾਲ 900 ਮੈਂਬਰਾਂ ਦੇ ਜਿਹੜੇ ਮਰੀਜ਼ਾਂ ਦੇ ਇਲਾਜ ਚੱਲ ਰਹੇ ਨੇ ਔਰ 112 ਪਤਾ ਨਹੀਂ 114 ਮੈਂਬਰ ਆਪਣੇ ਕੋਲ ਰਹਿੰਦੇ ਨੇ ਜੀ, ਜਿਨ੍ਹਾਂ ਦੇ ਵਿੱਚੋਂ 2 ਠੀਕ ਹੋ ਗਏ, 2 ਬਾਗੇ, 2 ਆ ਗਏ। ਇੱਦਾਂ ਜਿਹੜੇ ਰੱਬੀ ਰੂਹਾਂ ਦੇ ਇਲਾਜ ਚੱਲ ਰਹੇ ਨੇ ਜੀ ਲਚਕਾਣੀ ਆਸ਼ਰਮ ਦੇ ਵਿੱਚ। ਆਪ ਜੀ ਆਉਂਦੇ ਜਾਂਦੇ ਜ਼ਰੂਰ ਖੜ ਕੇ ਜਾਇਆ ਕਰੋ। ਆਪ ਜੀ ਨੂੰ ਇਸ ਘਰ ਦੇ ਐਡਰੈਸ ਦੀ ਲੋੜ ਆ, ਤੁਸੀਂ ਸਾਨੂੰ ਵਟਸਐਪ ਦੇ ਉੱਪਰ ਸੰਪਰਕ ਕਰੋ। ਸਾਡਾ ਨੰਬਰ ਹੈਗਾ 7307000085 7307000085 ਅਤੇ ਸਾਡਾ ਦੂਜਾ ਨੰਬਰ ਹੈਗਾ 9408000085। ਆਪ ਜੀ ਸਿੱਧਾ ਇਸ ਪਰਿਵਾਰ ਦੀ ਮਦਦ ਕਰਿਓ, ਕਿਸੇ ਮਾਇਆ ਦੀ ਲੋੜ ਨਹੀਂ ਜੀ, ਸਿਰਫ ਓਨਲੀ ਮਟੀਰੀਅਲ ਦੀ ਲੋੜ ਆ। ਆਪ ਜੀ 1 ਥੈਲਾ, 2 ਥੈਲੇ, 4 ਥੈਲੇ ਇੱਟਾਂ, ਰੇਤਾ, ਬਜਰੀ ਸਿੱਧਾ ਇਸ ਪਰਿਵਾਰ ਤੱਕ ਪਹੁੰਚਾ ਕੇ। ਕੋਈ ਮੈਂਬਰ ਇੱਦਾਂ ਦੇ ਵੀ ਹੋਣਗੇ ਜਿਹੜੇ ਮਿਸਤਰੀ ਦੀ ਲੇਬਰ ਲੈ ਸਕਦੇ, ਜਿਹੜੇ ਕਹਿਣਗੇ ਅਸੀਂ ਭਾਈ ਮਿਸਤਰੀ ਦੀ ਲੇਬਰ ਦੇਵਾਂਗੇ ਤਾਂ ਇਸ ਗਰੀਬ ਪਰਿਵਾਰ ਦਾ ਜਿਹੜਾ ਘਰ ਬਣ ਸਕਦਾ। ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਔਰ ਅਗਲੀ ਵੀਡੀਓ ਆਪਾਂ ਜਿਹੜਾ ਮਿਸਤਰੀ ਦਾ ਕੰਮ ਚੱਲਦਾ ਹੋਵੇ ਫਿਰ ਆਪਾਂ ਬਣਾ ਕੇ ਤੁਹਾਨੂੰ ਸਾਂਝੀ ਕਰਾਂਗੇ ਜੀ। ਗੁਰੂ ਸਾਹਿਬ ਕਿਰਪਾ ਕਰਨ। ਠੀਕ ਆ ਵੀਰੇ, ਪਰਿਵਾਰ ਲੋੜਵੰਦ ਆ ਜੀ, ਉਹ ਸਾਰਾ ਨਗਰ ਹੈ ਨਾ ਪਰਿਵਾਰ ਦੀ ਮਦਦ ਕਰਨ ਆਇਆ ਜੀ। ਅਸੀਂ ਧੰਨਵਾਦ ਕਰਦੇ ਹਾਂ ਸਾਰੇ ਨਗਰ ਦਾ ਜੀ, ਜਿਹੜੇ ਇਸ ਪਰਿਵਾਰ ਦੇ ਨਾਲ ਹਾਂ ਦਾ ਨਾਰਾ ਮਾਰਨ ਆਏ ਨੇ ਜੀ। ਵੀਰੇ ਸਾਨੂੰ ਪਿਛਲੇ ਨਾ 2-3 ਮਹੀਨਿਆਂ ਤੋਂ ਇਸ ਪਰਿਵਾਰ ਬਾਰੇ ਸੁਨੇਹਾ ਲੱਗੀ ਜਾਂਦਾ ਸੀ ਵੀ ਭਾਈ ਇਹਨੂੰ ਲੋੜ ਆ, ਲੋੜ ਆ, ਲੋੜ ਆ, ਤਾਂ ਅਸੀਂ ਲਚਕਾਣੀ ਤੋਂ ਆਇਆ ਸ਼ਾਇਦ ਤੁਸੀਂ ਜਾਣ ਜੀ ਵੀਰੇ। ਅਤੇ ਆਪਾਂ ਜੇ ਤਾਂ ਸੰਗਤਾਂ ਨੇ ਸਪੋਰਟ ਕਰਤੀ ਫਿਰ ਲੈਂਟਰ ਪੈ ਜੂਗਾ, ਫਰਸ਼ ਵੀ ਲੱਗ ਜੂ। ਜੇ ਨਹੀਂ ਵੀ ਸਪੋਰਟ ਕਰੀ ਤਾਂ ਵੀ ਆਪਾਂ ਆਪਣੇ ਵੱਲੋਂ ਜਿੰਨਾ ਕਰ ਸਕਦੇ ਹਾਂ। ਵੈਸੇ ਪਰਿਵਾਰ ਦੀ ਮੰਗ ਤਾਂ ਇਹ ਆ ਵੀ ਸਾਡੀਆਂ ਚਾਦਰਾਂ ਪਾ ਦਿਓ। ਚਲੋ ਚਾਦਰਾਂ ਤਾਂ ਨਹੀਂ ਪਾਵਾਂਗੇ, ਆਪਾਂ ਪਾਵਾਂਗੇ ਤਾਂ ਲੈਂਟਰ ਗੁਰੂ ਸਾਹਿਬ ਕਿਰਪਾ ਕਰਨ ਵੀਰੇ। ਠੀਕ ਹੈ ਵੀਰੇ, ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਠੀਕ ਹੈ ਵੀਰੇ, ਬਹੁਤ ਧੰਨਵਾਦ, ਧੰਨਵਾਦ।